Oh, yeah.
ਹਰਿ ਆਨੈ Thank you.
Yeah.
नाम तक सभी सिर जपे
ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲ ਅਕਾਸ ਨਾਮ ਕੇ ਧਾਰੇ ਪੂਰੀਆਂ ਸਭ ਭਾਵਨ ਨਾਮ ਤਤ ਸਭ ਹੀ ਸਿਰ ਜਾਪੈ ਬਨਾਰਸੀ ਤਾ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਵਿਸਰਾਮ ਸਮਝਣਾ। ਕਈ ਵਾਰ ਸਰਲਤਾ ਨਾਲ ਪੜ੍ਹਨ ਲਈ ਵਿਸਰਾਮ ਬਦਲ ਦਿੱਤਾ ਜਾਂਦਾ ਹੈ। ਆਮ ਕਰਕੇ ਪੜ੍ਹਿਆ ਜਾਂਦਾ ਹੈ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਕਲਪ ਕੀਜੈ। ਪੁੱਠਾ ਲਟਕ ਕੇ ਬਨਾਰਸ ਵਿੱਚ ਤਪ ਕਰਨਾ ਬਨਾਰਸੀ ਤਪ ਕਰੇ ਉਲਟਾ ਲਟਕ ਕੇ ਤੀਰਥ ਮਰੇ ਤੇ ਮਨ ਵਿੱਚ ਇੱਛਾ ਰੱਖਣੀ ਮੈਂ ਤੀਰਥ ਤੇ ਮਰ, ਕਿਉਂਕਿ ਮਨ ਅੰਦਰ ਇੱਕ ਭਰਮ ਪੈਦਾ ਹੋ ਗਿਆ ਜਿਹੜਾ ਮਨੁੱਖ ਤੀਰਥ ਤੇ ਮਰਦਾ ਮੁਕਤ ਹੋ ਜਾਂਦਾ। ਜੀਵਨ ਦੇ ਕਰਤੱਵ ਤੇਰੇ ਕਰਮਾਂ ਦਾ ਇੱਕ ਬੰਧਨ ਹੈ, ਫਿਰ ਤਾਂ ਕਰਮੀ ਆਪੋ ਆਪਣੀ ਦੀ ਗੱਲ ਹੀ ਨਹੀਂ। ਬਾਬਾ ਕਬੀਰ ਜੀ ਦੇ ਤਾਂ ਸ਼ਬਦਾਂ ਵਿੱਚ ਇੱਕ ਦੋ ਤਿੰਨ ਚਾਰ ਵਾਰ ਆ ਚੁੱਕਾ ਹੈ ਮਸਲਾ, ਜਦੋਂ ਵੀ ਆਇਆ ਹੈ ਉਦੋਂ ਬਨਾਰਸ ਦਾ ਹੜੰਬੇ ਦੀ ਧਰਤੀ ਦਾ ਮੁਕਾਬਲਾ ਕੰਪੇਅਰ ਕਰਕੇ ਇਹੋ ਹੀ ਆਖਿਆ ਗਿਆ ਕਿ ਜੇ ਕੋਈ ਗੁਨਾਹਗਾਰ ਮਨੁੱਖ ਬਨਾਰਸ ਵਿੱਚ ਮਰ ਜਾਏ ਤੇ ਕੋਈ ਨਾਮ ਜਪਣ ਵਾਲਾ ਭਗਤੀ ਕਰਨ ਵਾਲਾ ਹੜੰਬੇ ਵਿੱਚ ਮਰ ਜਾਏ ਤਾਂ ਫਿਰ ਕੀ ਹੜੰਬੇ ਦੀ ਧਰਤੀ ਤੇ ਮਰਨ ਵਾਲਾ ਮਨੁੱਖ ਪਾਰ ਉਤਾਰਾ ਨਹੀਂ ਹੋਵੇਗਾ, ਮੁਕਤ ਨਹੀਂ ਹੋਵੇਗਾ। ਗੁਨਾਹਗਾਰ ਮਨੁੱਖ ਕੇਵਲ ਬਨਾਰਸ ਦੀ ਧਰਤੀ ਤੇ ਪ੍ਰਾਣ ਤਿਆਗਣ ਨਾਲ ਹੀ ਪਵਿੱਤਰ ਹੋ ਜਾਏਗਾ। ਇੱਥੇ ਵੀ ਅੰਗ ਹੈ ਬਨਾਰਸੀ ਤਪ ਕਰੇ ਉਲਟ
ਬਨਾਰਸ ਵਿੱਚ ਪੁੱਠਾ ਲਟਕ ਕੇ ਉਲਟਾ ਲਟਕ ਕੇ ਤਪ ਕਰੇ ਤੀਰਥ ਮਰੇ ਅਗਨ ਕਹੇ ਕਾਇਆ ਸਰੀਰ ਨੂੰ ਕਾਇਆ ਨੂੰ ਅਗਨ ਵਿੱਚ ਦਾਹ ਕਰ ਦੇਵੇ ਜਲ ਮਰੇ ਅਗਨ ਦਹੇ ਕਾਇਆ ਕਰਪ ਕੀ ਜੈ ਮਨੁੱਖ ਆਪਣੇ ਜੀਵਨ ਨੂੰ ਬਦਲੇ ਕਲਪ ਕਰਨ ਦਾ ਮਤਲਬ ਹੈ ਬਦਲਣਾ ਸਵੱਛ ਕਰਨਾ ਪਰ ਗੁਰੂ ਕਹਿੰਦੇ ਨੇ ਅਗਲੀ ਲਾਈਨ ਅੰਦਰ ਇੱਕ ਫੈਸਲਾ ਕਰਦੇ ਨੇ ਕਹਿੰਦੇ ਨੇ ਅਗਨ ਦਹੇ ਕਾਇਆ ਕਲਪ ਕੀਜੈ ਰਾਮ ਨਾਮ ਸਰ ਰਾਮ ਨਾਮ ਸਰ ਤਹੂ ਨਾ ਪੀਜੈ ਗੰਗਾ ਜੋ ਗੋਦਾਵਰੀ ਨਾਈਐ ਗੰਗਾ ਜੋ ਗੋਦਾਵਰੀ ਨਾਈਐ ਕੁੰਭ ਜੋ ਕੇਦਾਰ ਨਾਈਐ ਗੋਤੀ ਸਹਿਸ ਗਊ ਦਾਨ ਕੀ ਜੈ ਗੋਦਾਵਰੀ ਵਿੱਚ ਇਸ਼ਨਾਨ ਕਰ ਲਈ ਕੁੰਭ ਦੇ ਖਾਸ ਦਿਹਾੜੇ ਤੇ ਕੇਦਾਰਨਾਥ ਦੇ ਤੀਰਥ ਤੇ ਇਸ਼ਨਾਨ ਕਰ ਲਈ ਕੁੰਭ ਜੋ ਕੇਦਾਰ ਨਾਈਐ ਗੋਮਤੀ ਗੋਮਤੀ ਦਰਿਆ ਦੇ ਕੰਢੇ ਤੀਰਥ ਤੇ ਹਜ਼ਾਰ ਗਊ ਦਾਨ ਕਰ ਦੇਈਏ ਬਸ ਜੀਵਨ ਦਾ ਮਕਸਦ ਪੂਰਾ ਹੋ ਗਿਆ ਪਵਿੱਤਰ ਹੋ ਗਿਆ ਕਹਿਣ ਲੱਗੇ ਸਹਿਸ ਗੋਮਤੀ ਸਹਿਸ ਗਊ ਦਾਨ ਕੀ ਜੈ ਰਾਮ ਨਾਮ ਸਰ ਤਉ ਨਾ ਪੂਜੈ ਅਸ ਦਾਨ ਗਜ ਦਾਨ ਸੇਜਾ ਨਾਰੀ ਧੂਮ ਦਾਨ ਐਸੋ ਦਾਨ ਨਿਤ ਨਿਤ ਕੀਜੈ ਨਾਮ ਤਤ ਸਭ ਹੀ ਸਿਰ ਜਾਪੈ ਜਿਹੜਾ ਨਾਮ ਦਾ ਤੱਤ ਹੈ ਵਿਚਾਰ ਹੈ ਨਾਮ ਦਾ ਜਿਹੜਾ ਰਸ ਹੈ ਨਾਮ ਦੀ ਜਿਹੜੀ ਸ਼ਕਤੀ ਹੈ ਉਹ ਇਹਨਾਂ ਸਾਰੇ ਜਪਾਂ ਤਪਾਂ ਨਾਲੋਂ ਵੱਡੀ ਹੈ ਹਾਂ ਜਿਹੜਾ ਨਾਮ ਨੂੰ ਭੁੱਲ ਜਾਂਦਾ ਨਾਮ ਨੂੰ ਭੁੱਲ ਜਾਂਦਾ ਹੈ ਉਹ ਮਨੁੱਖ ਇਹੋ ਜਿਹੇ ਕਰਮ ਧਰਮ ਜਿੰਨੇ ਮਰਜ਼ੀ ਕਰ ਲਵੇ ਕਰਮ ਕਾਂਡ ਵਿੱਚ ਪੈ ਕੇ
ਪਰ ਬਿਨ ਨਾਵੇਂ ਦੁੱਖ ਕਾਲ ਸੰਤਾਪੇ, ਸਮੇਂ ਸਮੇਂ ਨਾਲ ਨਾਮ ਤੋਂ ਕੁਤਰੇ ਭੁੱਲਿਆ ਹੋਇਆ ਮਨੁੱਖ ਸੰਤਾਪ ਵਿੱਚ ਦੁੱਖਾਂ ਵਿੱਚ ਪੈਂਦਾ। ਸਿੱਧਾਂ ਨੂੰ ਇੱਕ ਗੱਲ ਸਮਝਾਉਂਦੇ ਨੇ, ਵੇਖ ਨਾਮ ਜਿਹੜਾ ਉਹ ਪ੍ਰਭੂ ਦੇ ਮਿਲਾਪ ਵਿੱਚ ਕੀ ਪਾਠ ਅਦਾ ਕਰਦਾ। ਕਿਸੇ ਤੀਰਥਾਂ ਤੇ ਨਹਾਉਣ ਨਾਲ ਪ੍ਰਭੂ ਦੇ ਮਿਲਾਪ ਦੀ ਪ੍ਰਾਪਤੀ ਨਹੀਂ ਹੁੰਦੀ। ਐਸਾ ਭਾਈ ਗੁਰਦਾਸ ਜੀ ਨੇ ਵੀ ਆਖਿਆ, ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ, ਜੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਮਿਲਦਾ ਹੋਵੇ ਤਾਂ ਉਹਨਾਂ ਤੀਰਥਾਂ ਦੇ ਦਰਿਆਵਾਂ ਵਿੱਚ ਤਲਾਵਾਂ ਵਿੱਚ ਡੱਡੂ ਤੇ ਮਛਲੀਆਂ ਵੀ ਬੜੀਆਂ ਨੇ, ਉਹਨਾਂ ਦਾ ਤਾਂ ਪਾਲ ਉਤਾਰਾ ਹੋ ਜਾਣਾ ਚਾਹੀਦਾ, ਉੱਥੇ ਹੀ ਰਹਿੰਦੀਆਂ, ਉੱਥੇ ਹੀ ਜਨਮ ਲੈਂਦੀਆਂ। ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੁਝ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਦਾਨ ਤੇਰਾ। ਗੁਰੂ ਨਾਨਕ ਸਿੱਧਾਂ ਨੂੰ ਸਮਝਾਉਣਾ ਚਾਹੁੰਦੇ। ਇੱਕ ਅਜੀਬ ਗੱਲ ਹੈ, ਇਸ ਢੰਗ ਨਾਲ ਤਰਤੀਬ ਦੇ ਕੇ ਉਸ ਮੰਜ਼ਿਲ ਤੱਕ ਲਿਜਾਣਾ ਚਾਹੁੰਦੇ ਨੇ ਤਾਂ ਕਿ ਇਹਨਾਂ ਨੂੰ ਨਾਮ ਦਾ ਵੀ ਪਤਾ ਲੱਗਦਾ ਤੇ ਮਿਲਾਪ ਦੀ ਵੀ ਸੂਝ ਆ ਜਾਏ। ਕਹਿਣ ਲੱਗੇ ਸਿੱਧੂ, ਨਾਮ ਤੱਤ ਸਭ ਹੀ ਸਿਰਜਾਪੇ, ਨਾਮ ਜਿਹੜਾ ਹੈ ਉਹ ਇੱਕ ਤੱਤ ਹੈ ਜਿਹੜਾ ਸਾਰਿਆਂ ਤੋਂ ਉੱਪਰ ਹੈ, ਸਿਰਜਾਪੇ ਨਾਲ ਉੱਚਾ ਹੈ। ਬਿਨ ਆਵੇ ਦੁੱਖ ਕਾਲ ਸੰਤਾਪੇ, ਤੱਤੋਂ ਤੱਤ ਮਿਲੇ ਮਨ ਮਾਨੇ। ਜਦੋਂ ਨਾਮ ਦੇ ਤੱਤ ਨੂੰ ਪ੍ਰਾਪਤ ਕਰ ਲੈਂਦਾ ਤੇ ਉਹਦੇ ਉੱਤੇ ਮਨ ਮੰਨ ਜਾਂਦਾ, ਫਿਰ ਉਹਦਾ ਬਦਲਾਓ ਚੇਂਜ ਤਬਦੀਲੀ ਕੀ ਆਉਂਦੀ ਹੈ। ਦੂਜਾ ਜਾਏ ਇਹਦਾ ਮਤਲਬ ਤੇ ਆ ਗਿਆ, ਫਿਰ ਗੁਣਾਂ ਤੇ ਪਹੁੰਚ ਗਿਆ, ਨਾਮ ਗੁਣ ਵਿੱਚ ਬਦਲ ਗਿਆ। ਇਹ ਨਹੀਂ ਆਖਿਆ ਕਿ ਕੇਵਲ ਨਾਮ ਜਪਣ ਨਾਲ ਪ੍ਰਭੂ ਦਾ ਮਿਲਾਪ ਹੋਇਆ, ਕਹਿਣ ਲੱਗੇ ਨਹੀਂ, ਜਦੋਂ ਨਾਮ ਦਾ ਤੱਤ ਮਨੁੱਖ ਜਾਣਦਾ, ਅਸਲੀਅਤ ਜਾਣਦਾ ਤੇ ਉਸ ਅਸਲੀਅਤ ਤੇ ਮਨ ਮੰਨਦਾ, ਉਦੋਂ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਗੁਣ ਕਿਹੜੇ ਨੇ? ਸਭ ਤੋਂ ਪਹਿਲਾਂ ਗੁਣ ਇਹ ਆਉਂਦਾ ਕਿ ਦੂਜਾ ਜਾਏ, ਇੱਕ ਧਰਿਆ ਨੇ ਮਨੁੱਖ ਦੀ ਨਿਗਾਹ ਵਿੱਚੋਂ ਦੂਜਾ ਮਿਟ ਜਾਂਦਾ। ਦੂਜਾ ਜਾਏ ਫਿਰ ਦੂਜਾ ਨਹੀਂ ਰਹੇਗਾ, ਇੱਕੋ ਇੱਕ ਦੇ ਘਰ ਵਿੱਚ ਉਹਦੇ ਟਿਕਾਣੇ ਵਿੱਚ ਜੁੜ ਜਾਂਦਾ।
ਕਹਿਣ ਲੱਗੇ ਕਿੱਡੀ ਅਜੀਬ ਗੱਲ ਹੈ, ਇਹਦੇ ਲਈ ਨਿਸ਼ਾਨੀ ਕੀ ਹੈ? ਉਹ ਇਹ ਕਿ ਬੋਲੇ ਪਵਨ, ਜਦੋਂ ਪਵਨ ਬੋਲਦੀ ਹੈ ਭਾਵ ਜਦੋਂ ਸ਼ਬਦ ਬੋਲਦਾ, ਕਿਉਂਕਿ ਪਵਨ ਗੁਰੂ ਹੈ, ਪਵਨ ਸ਼ਬਦ ਰੂਪ ਹੈ। ਕਈ ਵਾਰ ਆ ਚੁੱਕਾ ਕਿ ਸ਼ਬਦ ਦੀ ਜਿੰਨੀ ਉਤਪਤੀ ਹੈ ਉਹ ਪਵਨ ਤੋਂ ਹੁੰਦੀ। ਪਵਨ ਨੂੰ ਇਸੇ ਲਈ ਗੁਰੂ ਆਖਿਆ ਗਿਆ ਕਿਉਂਕਿ ਸਾਡਾ ਸ਼ਬਦ ਗੁਰੂ ਹੈ, ਇਸੇ ਲਈ ਕਹਿ ਦਿੱਤਾ ਪਵਨ ਗੁਰੂ। ਤੇ ਕਹਿੰਦੇ ਨੇ ਜਦੋਂ ਪਵਨ ਬੋਲੇ ਪਵਨ, ਜਦੋਂ ਸ਼ਬਦ ਬੋਲੇ ਸ਼ਬਦ ਦੀ ਆਵਾਜ਼ ਆਏ ਤਾਂ ਕਿੱਥੇ ਆਏ? ਗਗਨ ਗਰਜੇ। ਗਗਨ ਕਹਿੰਦੇ ਨੇ ਆਕਾਸ਼ ਨੂੰ, ਤੇ ਸਰੀਰ ਦਾ ਆਕਾਸ਼ ਹੈ ਸੁਰਤੀ ਦਸਮ ਦੁਆਰ। ਕਹਿਣ ਲੱਗੇ ਸ਼ਬਦ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਸ਼ਬਦ ਬੋਲੇ ਉਹਦੇ ਤੇਰੇ ਸੁਰਤ ਵਿੱਚ ਗਰਜਣਾ ਹੋਵੇ, ਆਵਾਜ਼ ਤੇਰੇ ਮੂੰਹ ਵਿੱਚ ਨਾ ਰਹੇ, ਆਵਾਜ਼ ਤੇਰੇ ਕੰਨਾਂ ਵਿੱਚ ਨਾ ਰਹੇ ਕਿ ਮੂੰਹ ਤੋਂ ਕੋਈ ਬੋਲ ਰਿਹਾ, ਕੰਨਾਂ ਤੋਂ ਕੋਈ ਸੁਣ ਰਿਹਾ। ਹੁਣ ਦੇਖਿਓ, ਇਹ ਦੇਖਣਾ ਕਿ ਅੱਜ ਦਾ ਸਾਡੇ ਹਿੱਸੇ ਆਇਆ ਹੋਇਆ ਨਾਮ ਕੀ ਹੈ? ਦੋ ਹੀ ਤਰੀਕੇ ਨੇ, ਬੋਲਣ ਵਾਲਾ ਬੋਲੀ ਜਾਂਦਾ ਹੈ, ਉਹ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ, ਸੁਣਨ ਵਾਲਾ ਸੁਣੀ ਜਾਂਦਾ ਹੈ, ਉਹ ਵੀ ਵਾਹਿਗੁਰੂ ਵਾਹਿਗੁਰੂ ਸੁਣੀ ਜਾਂਦਾ ਹੈ। ਪਰ ਗੁਰੂ ਕਹਿੰਦੇ ਨੇ ਜਦੋਂ ਬੋਲੇ ਪਵਨ ਗਗਨ ਗਰਜੇ, ਉਦੋਂ ਸੁਰਤੀ ਦੇ ਆਕਾਸ਼ ਵਿੱਚ ਉਹਦੀ ਆਵਾਜ਼ ਪਹੁੰਚੇ। ਕੇਵਲ ਕੰਨਾਂ ਜਾਂ ਮੂੰਹ ਤੱਕ ਨਹੀਂ, ਸੁਰਤੀ ਦੇ ਆਕਾਸ਼ ਵਿੱਚ ਉਸ ਸ਼ਬਦ ਦੀ ਆਵਾਜ਼ ਪਹੁੰਚੇ, ਤੇ ਫਿਰ ਕੀ ਹੋਵੇਗਾ? ਨਾਨਕ ਨਿਚਲ ਮਿਲਨ ਸਹਿਜੇ, ਉਹ ਨਿਚਲ ਪਰਮਾਤਮਾ ਆਕਾਰ ਰੂਪ ਜਿਹੜਾ ਹੈ ਉਹ ਸਹਿਜੇ ਮਿਲ ਪਵੇਗਾ। ਹੁਣ ਦੇਖਣਾ ਇਹ ਅਗਲੇ ਪਦ ਵਿੱਚ ਇਸਨੂੰ ਕਿੰਨਾ ਸਮਝਾ ਕੇ ਅੱਗੇ ਲੈ ਕੇ ਗਏ ਨੇ। ਬੋਲੇ ਪਵਨਾ ਗਗਨ ਗਰਜੇ, ਨਾਨਕ ਨਿਚਲ, ਨਾਨਕ ਨਿਚਲ ਮਿਲਨ ਸਹਿਜੇ। ਆਪਾਂ ਕਹਿੰਦੇ ਨਾਮ ਜਪਣ ਨਾਲ ਨਾਮੀ ਮਿਲ ਪੈਂਦਾ ਹੈ, ਰੱਬ ਦੇ ਮਿਲਾਪ ਦਾ ਸਾਧਨ ਨਾਮ ਹੈ, ਇਹਦੇ ਵਿੱਚ ਕੋਈ ਦੋ ਰਿਹਾ ਨਹੀਂ। ਪਰ ਨਾਲ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਜ਼ਰੂਰ ਸਮਝਣੀ, ਇਹ ਗੱਲ ਬਿਲਕੁਲ ਦਰੁਸਤ ਹੈ। ਨਾਮ ਜਿਹੜਾ ਹੈ ਉਹ ਰੱਬ ਦੇ ਮਿਲਾਪ ਦਾ ਸਾਧਨ ਹੈ, ਪਰ ਨਾਮ ਸਿਰਫ ਜ਼ਬਾਨ ਨੂੰ ਜਪਿਆ ਹੋਇਆ ਨਹੀਂ। ਗੁਰਬਾਣੀ ਅੰਦਰ ਬਾਬਾ ਕਬੀਰ ਜੀ ਨੇ ਆਖ ਦਿੱਤਾ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਆਖੀ ਜਾਓ, ਰਾਮ ਰਾਮ ਜਿੰਨਾ ਮਰਜ਼ੀ ਆਖੀ ਜਾਓ, ਰਾਮ ਕਹਿਣ ਨਾਲ, ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਨਹੀਂ ਬਣਦਾ। ਬੋਲੇ ਪਵਨਾ, ਜਦੋਂ ਸ਼ਬਦ ਬੋਲੇ, ਜਦੋਂ ਸ਼ਬਦ ਦੀ ਆਵਾਜ਼ ਆਵੇ ਉਦੋਂ ਉਹ ਸੁਰਤ ਵਿੱਚ ਗਰਜੇ, ਸੁਰਤ ਵਿੱਚ ਇਹਦੀ ਆਵਾਜ਼ ਪਹੁੰਚੇ, ਗਗਨ ਵਿੱਚ ਪਹੁੰਚੇ, ਫਿਰ ਕੀ ਹੋਵੇਗਾ? ਨਾਨਕ ਨਿਚਲ ਮਿਲਨ ਸਹਿਜੇ। ਵਿਸ਼ਵਾਸ ਕਰੋ, ਕਹਿਣ ਲੱਗੇ ਜਿਹੜਾ ਪ੍ਰਭੂ ਨਿਚਲ ਹੈ, ਅਟਲ ਹੈ, ਉਹ ਸਹਿਜੇ ਹੀ ਮਿਲ ਪਵੇਗਾ।
ਲਓ ਇੱਥੇ ਫਿਰ ਖਲੋਣਾ ਕਿਉਂਕਿ ਦੂਜਾ ਪਦ ਸ਼ੁਰੂ ਹੋਇਆ ਹੋਰ ਖੁਲਾਸਾ ਕਰਕੇ ਹੋਰ ਖੋਲ ਕੇ ਸਮਝਾ ਰਿਹਾ ਸਿੱਧੋ ਰੱਬ ਦਾ ਮਿਲਾਪ ਸਹਿਜੇ ਹੋ ਜਾਏਗਾ ਉਹ ਸਹਿਜੇ ਮਿਲਾਪ ਕੀ ਹੈ ਅਗਲਾ ਪਦ ਸ਼ੁਰੂ ਹੋਇਆ ਕਿਵੇਂ ਲੱਗੇ ਸਹਿਜੇ ਮਿਲਾਪ ਇਹ ਹੈ ਅੰਤਰ ਸੁਣ ਬਾਹਰ ਸੁਣਨ ਤੇਰ ਭਾਵਨੇ ਸੁਣ ਮਸੁਣਨ ਚੌਥੇ ਸੁਣੇ ਜੋ ਦਰ ਜਾਣੇ ਤਾਂ ਕੋ ਪਾਪ ਨਾ ਪੁੰਨ ਸਹਿਜ ਕੇ ਰੱਬ ਨੂੰ ਮਿਲਣ ਜਾਣ ਦੀ ਲੋੜ ਨਹੀਂ ਰੱਬ ਨੂੰ ਢੂੰਡਣ ਦੀ ਲੋੜ ਨਹੀਂ ਰੱਬ ਦਾ ਸਰੂਪ ਕੋਈ ਵੱਖਰਾ ਨਿਸ਼ਚਿਤ ਕਰਨ ਦੀ ਲੋੜ ਨਹੀਂ ਰੱਬ ਦੀ ਰਹਿਸ਼ ਲਈ ਕੋਈ ਗੁਰਦੁਆਰਾ ਮੰਦਰ ਠਾਕਰ ਦੁਆਰਾ ਸ਼ਿਵ ਦੁਆਲਾ ਮੰਦਰ ਮਸਜਿਦ ਚਰਚ ਬਣਾਉਣ ਦੀ ਲੋੜ ਨਹੀਂ ਬਲਕਿ ਇੱਕ ਸਹਿਜ ਅੰਦਰ ਆ ਜਾਏਗਾ ਉਹ ਕੀ ਕਿ ਰੱਬ ਹਰ ਥਾਵੇਂ ਹਰ ਜੀਵ ਹਰ ਪ੍ਰਾਣੀ ਮਾਤਰ ਵਿੱਚ ਵਸਦਾ ਹੈ ਨਾਮ ਵਿੱਚੋਂ ਆ ਚੀਜ਼ ਮਿਲੇਗੀ ਮੈਨੂੰ ਆਪਣੇ ਵਿੱਚ ਵੀ ਰੱਬ ਦਿਸੇਗਾ ਦੂਜੇ ਵਿੱਚ ਵੀ ਰੱਬ ਦਿਸੇਗਾ ਝਗੜੇ ਖਤਮ ਹੋ ਜਾਣਗੇ ਟਕਰਾਓ ਖਤਮ ਹੋ ਜਾਏਗਾ ਸਤਿਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਕਹੇ ਕਹਿਣ ਲੱਗੇ ਇੱਕ ਫਿੱਕਾ ਨਾ ਗਲਾਏ ਕੋਈ ਗੱਲ ਫਿੱਕੇ ਲਫ਼ਜ਼ਾਂ ਵਿੱਚ ਨਾ ਕਰੀ ਕੋਈ ਗੱਲ ਕੌੜੀ ਨਾ ਕਰੀ ਮਤ ਕਿਸੇ ਦਾ ਹਿਰਦਾ ਦੁੱਖ ਜਾਏ ਉਹਦੇ ਵਿੱਚ ਵੀ ਰੱਬ ਬੈਠਾ ਹੈ ਲੋਕ ਮਨੁੱਖ ਦਾ ਇਹ ਜਿਹੜਾ ਸੰਸਾਰ ਹੈ ਇਹ ਬੇਗਮਪੁਰਾ ਕਿਵੇਂ ਬਣੇਗਾ ਜਦੋਂ ਇਹ ਸਹਿਜ ਵਿੱਚ ਆ ਜਾਏਗਾ ਕਿ ਰੱਬ ਹਰ ਥਾਂ ਹੈ ਗੁਰੂ ਨੇ ਆਖਿਆ ਫਿੱਕਾ ਨਾ ਗਲਾਏ ਕੋਈ ਫਿੱਕੀ ਗੱਲ ਨਾ ਕਰੀ ਸਭਨਾ ਮੈਂ ਸੱਚਾ ਬਣੀ ਸਾਰਿਆਂ ਵਿੱਚ ਰੱਬ ਬੈਠਾ ਹੀ ਮਤ ਕਿਸੇ ਨਾਲ ਫਿੱਕੀ ਗੱਲ ਕਰੇ ਤੇ ਉਹ ਮੇਰੇ ਰੱਬ ਨੂੰ ਚੰਗੀ ਨਾ ਲੱਗੇ ਗੁਰੂ ਆਖਦੇ ਵੇ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕਾ ਫਿੱਕੋ ਫਿੱਕੀ ਸੋਏ ਫਿੱਕਾ ਦਰਗਾਹ ਸੁੱਟੀਏ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਰੱਬ ਸਾਰਿਆਂ ਵਿੱਚ ਬੈਠਾ ਹੀ ਹੇ ਆਓ ਨਾ ਕਾਹੀ ਠਾਹੇ ਵੇਖੀ ਕਿਸੇ ਦਾ ਦਿਲ ਨਾ ਦੁਖਾ ਦੇਈ ਉਸ ਦਿਲ ਵਿੱਚ ਰੱਬ ਬੈਠਾ ਹੀ ਮਿਲਾਪ ਕੀ ਹੈ ਰੱਬੀ ਮਿਲਾਪ ਦਾ ਕਹਿੰਦਾ ਸਰਲ ਤਰੀਕਾ ਹੈ ਸਹਿਜ ਤਰੀਕਾ ਹੈ ਨਾਨਕ ਨਿਰਚਨ ਮਿਲਣ ਸਹਿਜੇ ਕਹਿੰਦਾ ਸਹਿਜ ਤਰੀਕਾ ਹੈ ਮਿਲਣ ਦਾ ਕਹਿਣ ਲੱਗੇ ਉਹ ਇੱਕੋ ਤਰੀਕਾ ਹੈ ਕਿ ਤੂੰ ਮਨ ਅੰਦਰ ਉਸ ਨਾਮ ਵਿੱਚੋਂ ਇੱਕ ਸਹਿਜ ਅੰਦਰ ਵਿਸ਼ਵਾਸ ਕਰ ਲੈ ਕਿ ਰੱਬ ਹਰ ਥਾਂ ਹੈ ਜੇ ਰੱਬ ਹਰ ਥਾਂ ਹੈ ਤੇ ਮੈਂ ਉਸ ਠਾਕਰ ਦੁਆਰੇ ਉਸ ਤੀਰਥ ਤੇ ਕਿਉਂ ਜਾਵਾਂ ਉੱਥੇ ਰੱਬ ਨੂੰ ਮਿਲਣ ਵੀ ਤਾਂ ਜਾਣਾ ਸੀ ਜਿਵੇਂ ਸਵਾਮੀ ਰਾਮਾਨੰਦ ਜੀ ਨੇ ਆਖ ਦਿੱਤਾ ਉਹ ਹਰ ਤੌਰ ਆਈ ਹੈ ਜੋ ਇਹੋ ਨਾ ਹੋਏ ਅਖੇ ਉੱਥੇ ਤਾਂ ਮੈਂ ਰੱਬ ਨੂੰ ਮਿਲਣ ਤਾਂ ਜਾਵਾਂ ਜੇ ਰੱਬ ਮੇਰੇ ਕੋਲ ਨਾ ਹੋਵੇ ਤੂੰ ਹੁਣ ਤਾਂ ਜਾਈਏ
ਜੋ ਇਹ ਨਾ ਹੋਏ, ਜਿਸ ਦਿਨ ਵਿਸ਼ਵਾਸ ਇਹ ਆ ਗਿਆ ਰੱਬ ਹਰ ਥਾਂ ਵੇ, ਫਿਰ ਉਹਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ। ਬਿਲਕੁਲ ਸਹਿਜ ਹੈ, ਸਹਿਜ ਦਾ ਮਤਲਬ ਬੜੀ ਆਸਾਨੀ ਨਾਲ ਸਹਿਜ ਵਿੱਚ। ਰੱਬ ਕਿੰਨਾ ਸੌਖਾ ਹੋ ਗਿਆ, ਬਿਲਕੁਲ ਕਿਤੇ ਜਾਣ ਦੀ ਲੋੜ ਨਹੀਂ ਪਈ, ਕਿਤੇ ਭਾਲਣ ਦੀ ਲੋੜ ਨਹੀਂ ਪਈ, ਕਿਤੇ ਉਹਦਾ ਰੂਪ ਯਾਦ ਕਰਨ ਦੀ ਲੋੜ ਨਹੀਂ ਪਈ। ਮਤ ਕਿਤੇ ਰੱਬ ਅੱਖਾਂ ਸਾਹਮਣੇ ਆ ਕੇ ਚਲਾ ਜਾਏ, ਕਿੱਥੇ ਜਾਣਾ ਉਹਨੇ, ਰਹਿੰਦਾ ਤਾਂ ਮੇਰੇ ਕੋਲ। ਕਹਿਣ ਲੱਗੇ ਇਸ ਲਈ ਇੱਕ ਗੱਲ ਯਾਦ ਰੱਖ ਕਿ ਰੱਬ ਨੂੰ ਹਰ ਥਾਂ ਵੀ ਜਾਣਨਾ ਹੀ ਭਗਤੀ ਦਾ ਨਾਮ ਦਾ ਕੇਂਦਰ ਹੈ। ਜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਬਾਹਰ ਨਿਕਲਦੇ ਨਿਕਲਦੇ ਦੂਜੇ ਲਈ ਤਲਵਾਰਾਂ ਚੁੱਕ ਲੈ, ਡਾਂਗਾਂ ਚੁੱਕ ਪੈਦਾ ਹੋ ਜਾਣਾ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਹੇ ਆਓ ਨਾ ਕਹੀ ਠਹਿਰਾਏ, ਮਾਨਕ ਸਭ ਅਮੁੱਲ ਨੇ, ਸਾਰੇ ਹੀ ਅਮੁੱਲ ਮਾਨਕ ਨੇ, ਸਾਰੇ ਹੀ ਮਨੁੱਖ ਅਮੁੱਲ ਹੀਰੇ ਨੇ, ਸਾਰਿਆਂ ਦੇ ਦਿਲ ਜਿਨ੍ਹਾਂ ਵਿੱਚ ਰੱਬ ਬੈਠਾ ਹੈ, ਇਸ ਲਈ ਕਿਸੇ ਦਾ ਦਿਲ ਨਾ ਦੁਖਾਈ। ਜਿਸ ਦਿਨ ਤੇਰੇ ਮਨ ਦਾ ਇਹ ਵਿਸ਼ਵਾਸ ਬਣ ਗਿਆ, ਫਿਰ ਤੈਨੂੰ ਰੱਬ ਢੂੰਡਣ ਦੀ ਲੋੜ ਨਹੀਂ ਪਏ। ਨਾਨਕ ਨੇਚਰ ਮਿਲਣ ਸਹਿਜ ਹੈ। ਕਹਿਣ ਲੱਗੇ ਫਿਰ ਕੀ ਹੋਏਗਾ, ਅੰਤਰ ਸੁਣਨ ਬਾਹਰ ਸੁਣਨ, ਉਹ ਪ੍ਰਭੂ ਜਿਹੜਾ ਕੁਝ ਵੀ ਨਹੀਂ ਤੇ ਹੈ, ਨੈਣ ਜੀ ਉਹਨੂੰ ਕਹਿੰਦੇ ਨੇ ਜਿਹੜਾ ਵੇਖਣ ਵਿੱਚ ਕੁਝ ਨਾ ਹੋ। ਨਿਰੰਜਨ ਜਿਹਨੂੰ ਆਪਾਂ ਨਿਰੰਕਾਰ ਵੀ ਕਹਿੰਦੇ ਹਾਂ, ਆਕਾਰ ਤੇ ਨਿਰੰਕਾਰ ਵਿੱਚ ਇਹੋ ਹੀ ਅੰਤਰ ਹੈ, ਨਿਰਗੁਣ ਤੇ ਸਰਗੁਣ ਵਿੱਚ ਇਹੋ ਹੀ ਅੰਤਰ ਹੈ। ਸਰਗੁਣ ਉਹ ਹੈ ਜਿਹੜਾ ਸਰਵ ਗੁਣ ਕਰਕੇ ਸੰਪੂਰਨ ਦਿਸਦਾ ਹੈ, ਜਿਹਨੂੰ ਪਛਾਣਿਆ ਜਾ ਸਕਦਾ ਹੋਵੇ, ਤੇ ਨਿਰਗੁਣ ਉਹ ਹੈ ਜਿਹੜਾ ਪਛਾਣਿਆ ਨਾ ਜਾ ਸਕਦਾ ਹੋਵੇ। ਸੋਈਆ ਆਇਆ ਸੀ ਇੱਕ ਵਾਰ ਕਿ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ, ਉਹ ਜਿਹੜਾ ਨਿਰ ਆਕਾਰ ਪਰਮਾਤਮਾ ਸੀ ਉਹ ਆਕਾਰ ਵਿੱਚ ਆ ਗਿਆ। ਨਿਰੰਕਾਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ ਹੋ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹ ਪ੍ਰਭੂ ਜਿਹੜਾ ਨਿਰ ਆਕਾਰ ਸੀ ਉਹ ਆਕਾਰ ਵਿੱਚ ਆ ਗਿਆ। ਆਕਾਰ ਵਿੱਚ ਆਉਣ ਦਾ ਮਤਲਬ ਇਹ ਥੋੜ੍ਹਾ ਕਿ ਉਹਨੇ ਵੱਖਰਾ ਆਪਣਾ ਕੋਈ ਸ਼ਕਲ ਸਰੂਪ ਬਣਾ ਲਿਆ, ਨਹੀਂ, ਉਹ ਜਿੰਨੇ ਆ ਸਰੂਪ ਸਨ ਉਹ ਸਾਰਿਆਂ ਵਿੱਚ ਆ ਵਸਿਆ, ਇਹ ਸਾਰੀ ਉਹਦਾ ਰੂਪ ਹੋ ਗਏ, ਇਹ ਸਾਰੀ ਉਹਦੀਆਂ ਸਾਰੀਆਂ ਉਹਦੀਆਂ ਸ਼ਕਲਾਂ ਹੋ ਗਈਆਂ। ਪਰ ਇਹ ਸਾਰੀਆਂ ਸ਼ਕਲਾਂ ਉਹਦੀਆਂ ਕੌਣ ਪਛਾਣੇ, ਇਹ ਨਾਮ ਜਪਣ ਵਾਲਾ ਪਛਾਣੇ ਜਿਹੜਾ ਰੱਬ ਨਾਲ ਜੁੜਿਆ ਹੋਇਆ, ਨਹੀਂ ਤਾਂ ਦੁਨੀਆਂ ਅੰਦਰੋਂ ਈਰਖਾ ਦੁਆਖਤਾ ਨਫ਼ਰਤ ਖਤਮ ਨਹੀਂ ਹੋ ਸਕਦੀ ਉਹ ਉਨੀ ਦੇਰ ਜਿੰਨੀ ਦੇਰ ਉਹ ਸਾਰਿਆਂ ਵਿੱਚ ਰੱਬ ਨਹੀਂ ਦੇਖਦਾ। ਕਹਿਣ ਲੱਗੇ ਇਸ ਲਈ ਉਹ ਸਹਿਜੇ ਰੱਬ ਨੂੰ ਮਿਲਣ ਦਾ ਤਰੀਕਾ ਇਹ ਹੈ ਕਿ ਅੰਤਰ ਸੁਣਨ, ਉਹ ਨਿਰੰਜਨ ਨਿਰਆਕਾਰ ਜਿਹੜਾ ਕੁਛ ਨਹੀਂ ਤੇ ਸਭ ਕੁਝ ਹੈ। ਨਿਰੰਜਨ ਉਹੀ ਹੈ ਨਾ, ਨਿਰਆਕਾਰ ਉਹੀ ਹੈ, ਜਿਵੇਂ ਆਪਾਂ ਆਖੀਏ ਮੇਰਾ ਰੱਬ ਇੱਥੇ ਵੀ ਹੈ ਤੇ ਦੂਜਾ ਆਖੇ ਮੈਨੂੰ ਤੇ ਦਿਸਦਾ ਨਹੀਂ, ਬਸ ਆਹੀ ਭਵਿੱਖ ਹੈ। ਅਸੀਂ ਨਿਰਆਕਾਰ ਨਹੀਂ ਪਛਾਣ ਰਹੇ, ਨਿਰੰਜਨ ਨਹੀਂ ਪਛਾਣ ਰਹੇ, ਆਕਾਰ ਪਛਾਣ ਰਹੇ ਹਾਂ। ਇਸ ਲਈ ਸਾਨੂੰ ਕੋਈ ਲੰਬੇ ਚੋਲਿਆਂ ਵਾਲਾ ਸਾਧੂ ਚਾਹੀਦਾ, ਉਹ ਰੱਬ ਹੈ। ਸਾਨੂੰ ਕਿਸੇ ਮੰਦਰ ਮਸਜਿਦ ਵਿੱਚ, ਮੰਦਰ ਵਿੱਚ ਕੋਈ ਠਾਕਰ ਦੁਆਰੇ ਵਿੱਚ ਮੂਰਤੀ ਚਾਹੀਦੀ ਜਿਹਨੂੰ ਆਖ ਸਕੀਏ ਇਹ ਭਗਵਾਨ ਹੈ।
ਪਰ ਜਦੋਂ ਅਸੀਂ ਆਖੀਏ ਨਾ ਰੱਬ ਸਾਰਿਆਂ ਵਿੱਚ ਵਸਦਾ, ਉਹ ਕਹਿੰਦਾ ਮੈਂ ਤੇ ਕਦੀ ਨਹੀਂ ਵੇਖਿਆ। ਹੁਣ ਡਾਕਟਰ ਨੂੰ ਆਖੀਏ ਰੱਬ ਸਾਰਿਆਂ ਵਿੱਚ ਵਸਦਾ, ਉਹ ਆਖੇਗਾ ਮੈਂ ਤੇ ਚੀਰ ਫਾੜ 50 ਵਾਰ ਕੀਤੀ ਹੈ, ਬੜੇ ਆਪਰੇਸ਼ਨ ਕੀਤੇ ਨੇ, ਅੱਜ ਤੱਕ ਮੈਨੂੰ ਅੰਦਰੋਂ ਰੱਬ ਤੇ ਨਹੀਂ ਮਿਲਿਆ, ਉੱਥੇ ਤੇ ਹੈ ਨਹੀਂ। ਹੁਣ ਜਿਹੜਾ ਹੈ ਨਹੀਂ ਉਹ ਸੁਣਿੰਗ ਹੈ। ਸੁਣਿੰਗ ਦਾ ਮਤਲਬ ਕੀ ਹੈ? ਸੁਣ ਜ਼ੀਰੋ, ਉਹਦਾ ਨਾਂ ਹੀ ਜ਼ੀਰੋ ਹੈ। ਕਿਉਂ? ਕਿਉਂਕਿ ਉਹ ਜਿਹੜਾ ਜ਼ੀਰੋ ਹੈ ਕੁਝ ਵੀ ਨਹੀਂ, ਪਰ ਹੈ ਰੱਬ, ਇੱਥੇ ਵੀ ਹੈ ਪਰ ਨਹੀਂ, ਦੋ ਚੀਜ਼ਾਂ ਦਾ ਸੁਮੇਲ ਹੈ। ਇਸ ਲਈ ਕਹਿਣ ਲੱਗੇ ਅੰਤਰ ਸੁਣਨ ਬਾਹਰ ਸੁਣਨ ਤੇ ਭਣ ਸੁਣ ਸੁਣਨ ਬਾਹਰ ਭੀਤਰ ਏਕੋ ਜਾਣ ਇਹ ਗੁਰ ਗਿਆਨ ਬਤਾਈ ਬਾਹਰ ਭੀਤਰ ਏਕੋ ਜਾਣ ਇਹ ਗੁਰ ਗਿਆਨ ਬਤਾਈ ਤੂੰ ਹੀ ਗ੍ਰਹਿ ਤੂੰ ਹੀ ਗਾ ਤੂੰ ਹੀ ਸੁਣ ਹੈ ਨਾਨਕ ਨੇਮ ਮੇਰੀ। ਗ੍ਰਹਿ ਵਿੱਚ ਵੀ ਹੈ, ਘਰ ਵਿੱਚ ਵੀ ਹੈ, ਤੂੰ ਜੰਗਲਾਂ ਵਿੱਚ ਵੀ ਹੈ, ਤੂੰ ਗ੍ਰਹਿ ਤੂੰ ਹੀ ਬਣ, ਤੂੰ ਪਿੰਡਾਂ ਵਿੱਚ ਵੀ ਰਹਿਣਾ, ਨਗਰਾਂ ਸ਼ਹਿਰਾਂ ਵਿੱਚ ਵੀ ਰਹਿਣਾ, ਤੇ ਤੂੰ ਸੁਣ ਸਾੜ ਇਕਾਂਤ ਜੰਗਲਾਂ ਵਿੱਚ ਵੀ ਰਹਿਣਾ, ਤੂੰ ਗ੍ਰਹਿ ਤੂੰ ਹੀ ਬਣ, ਤੂੰ ਹੀ ਗਾਓ ਤੂੰ ਹੀ ਸੁਣ। ਜੇ ਮੈਨੂੰ ਇਹ ਵਿਸ਼ਵਾਸ ਹੋ ਜਾਏ ਤੂੰ ਹਰ ਥਾਂ ਤੇ ਆ, ਫਿਰ ਤਾਂ ਮੈਨੂੰ ਤੈਨੂੰ ਭਾਲਣ ਦੀ ਲੋੜ ਹੀ ਨਹੀਂ, ਬਸ ਮਿਲ ਗਿਆ। ਕਹਿਣ ਲੱਗੇ ਅੰਤਰ ਸੁਣਨ ਬਾਹਰ ਸੁਣਨ ਤੇਰੇ ਭਵਨ ਸੁਣਨ ਸੁਣਨ, ਪਰ ਕਹਿਣ ਲੱਗੇ ਇੱਕ ਫਰਕ ਹੈ। ਇੱਕ ਸੁਣਨ ਉਹ ਹੈ ਜਿਹੜਾ ਮੈਂ ਤਿੰਨ ਭਵਨਾਂ ਵਿੱਚ ਦੇਖ ਰਿਹਾ। ਤਿੰਨ ਭਵਨ ਕਿਹੜੇ ਨੇ? ਤਿੰਨ ਗੁਣ, ਤਿੰਨ ਟਿਕਾਣੇ, ਰਾਜਗੁਣ ਤਨ ਗੁਣ ਸਤਗੁਣ ਕਹੀ ਹੈ। ਇਹ ਤੇਰੀ ਸਭ ਮਾਇਆ, ਇਹ ਮਾਇਆ ਦੇ ਤਿੰਨੋਂ ਟਿਕਾਣੇ ਨੇ, ਇਹਨਾਂ ਵਿੱਚ ਪਾਪ ਵੀ ਨੇ ਪੁੰਨ ਵੀ ਨੇ। ਅਜੇ ਤੱਕ ਮੈਂ ਉਹਨਾਂ ਵਿੱਚ ਰੱਬ ਨੂੰ ਢੂੰਡ ਰਿਹਾ, ਪਰ ਕਹਿਣ ਲੱਗੇ ਇੱਕ ਅਵਸਥਾ ਇਸ ਤੋਂ ਅੱਗੇ ਵੀ ਹੈ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ। ਚੌਥੇ ਸੁਣਨੇ ਜ਼ੋਰਦਾਰ ਜਾਣੇ ਬਾਅਦ ਵੀ ਹੈ, ਜਿੱਥੇ ਇੱਕ ਪਾਸੇ ਇਹ ਆਖ ਦਿੱਤਾ ਨਾ ਰਾਜਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ, ਉੱਥੇ ਅਗਲੀ ਲਾਈਨ ਵਿੱਚ ਕਹਿ ਦਿੱਤਾ ਕਿ ਚੌਥੇ ਸੁਣਨੇ ਜ਼ੋਰਦਾਰ ਜਾਣੇ ਤਾਂ ਕੋ ਪਾਪ ਨਾ ਪੁੰਨ। ਚੌਥਾ ਪਦ ਉਹ ਹੈ ਜਿੱਥੇ ਮਾਇਆ ਦੇ ਇਸ ਸੰਸਾਰ ਦੀ ਪਹੁੰਚ ਤੋਂ ਬਾਹਰ ਨਿਕਲ ਜਾਂਦਾ ਹੈ ਮਨ, ਫਿਰ ਉਹਨੂੰ ਮੰਦਰ ਦੇ ਅੰਦਰ ਰੱਬ ਢੂੰਡਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮੰਦਰ ਦੀ ਜਿਹੜੀ ਬਣਤਰ ਹੈ ਉਹ ਸਾਰੀ ਬਣੀ ਹੈ ਮਨੁੱਖ ਦੀ ਬਣਾਈ ਹੋਈ ਤੇ ਸੰਸਾਰ ਦੇ ਪਦਾਰਥਾਂ ਤੋਂ ਬਣੀ ਹੋਈ। ਕਹਿਣ ਲੱਗੇ ਚੌਥੇ ਸੁਣਨੇ ਜੋ ਨਰ ਧਿਆਵੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨਣ, ਉੱਥੇ ਜਾ ਕੇ ਫਿਰ ਪਾਪ ਪੁੰਨ ਖਤਮ ਹੋ ਜਾਂਦੇ। ਕਿਉਂ? ਕਿਉਂਕਿ ਪਾਪ ਪੁੰਨ ਲਈ ਥਾਂ ਇਸ ਲਈ ਨਹੀਂ ਰਹਿੰਦੀ, ਪਾਪਾਂ ਤੋਂ ਮਨੁੱਖ ਡਰਦਾ ਇਸ ਲਈ ਕਿਤੇ ਨਰਕ ਵਿੱਚ ਨਾ ਪੈ ਜਾਵਾਂ, ਦੁੱਖ ਨਾ ਆ ਜਾਣ, ਤੇ ਪੁੰਨ ਇਸ ਲਈ ਕਰਦਾ ਤਾਂ ਕਿ ਸਵਰਗ ਮਿਲੇ, ਸੁੱਖ ਮਿਲ। ਮਨੁੱਖ ਜਿੰਨੇ ਪੁੰਨ ਕਰਦਾ ਇਸ ਲਈ ਕਰਦਾ ਨਾ, ਇਹਦੇ ਬਦਲੇ ਵਿੱਚ ਸੁੱਖ ਮਿਲੇਗਾ।
ਤੇ ਪਾਪ ਇਸੇ ਵੇਲੇ ਨਹੀਂ ਕਰਦਾ, ਇਹਦੇ ਬਦਲੇ ਵਿੱਚ ਦੁੱਖ ਮਿਲੇਗਾ। ਤੇ ਜਦੋਂ ਮਨੁੱਖ ਸੁੱਖ ਦੁੱਖ ਗੁਰੂ ਨੂੰ ਸਾਮ ਕਰ ਜਾਣੇ, ਚੌਥੇ ਪਦ ਵਿੱਚ ਪਹੁੰਚ ਗਿਆ, ਨਾ ਉਹਨੂੰ ਪਾਪ ਰਿਹਾ ਨਾ ਉਹਨੂੰ ਪੁੰਨ ਰਿਹਾ। ਗੁਰੂ ਨੇ ਆਖ ਦਿੱਤਾ ਸੁੱਖ ਦੁੱਖ ਗੁਰੂ ਨੂੰ ਸਾਮ ਕਰ ਜਾਣੇ, ਬਰਾਬਰ ਸਮਝ ਲਵੇ। ਕਾਹੂ ਫਲ ਕੀ ਇੱਛਾ ਨਹੀਂ ਬਚੇ। ਜਦੋਂ ਉਸ ਮਾਇਆ ਕਲਪਤ ਸੰਸਾਰ ਦੀ ਵਿਚਾਰਧਾਰਾ ਤੋਂ ਅੱਗੇ ਨਿਕਲਦਾ ਹੈ, ਚੌਥੇ ਸੁਨੇ ਜੋੜ ਨਾਲ ਵਿਹਾਵ ਜਾਣੇ ਤਾਂ ਕੋ ਪਾਪ ਨਾ ਪੁੰਨੇ। ਤੇ ਕਹਿਣ ਲੱਗੇ ਫਿਰ ਕੀ ਹੁੰਦਾ, ਘਟ ਘਟ ਸੁਨ ਕਾ ਜਾਣੇ ਗਏ। ਫਿਰ ਉਹ ਘਟ ਘਟ ਵਿੱਚ ਹਰ ਥਾਂ ਮੈਂ ਘਟ ਘਟ ਵਾਸੀ ਸਰਬ ਨਿਵਾਸੀ ਨੇੜੇ ਹੁਣ ਤੇ ਮੇਰਾ। ਫਿਰ ਉਹ ਘੱਟ ਘੱਟ ਵਿੱਚ ਉਸ ਸੁਣ ਪ੍ਰਭੂ ਦਾ ਭਿਓ ਭੇਦ ਜਾਣ ਜਾਂਦਾ ਹੈ ਕਿ ਰੱਬ ਤਾਂ ਸਾਰਿਆਂ ਵਿੱਚ ਰਹਿੰਦਾ। ਫਿਰ ਉਹ ਆਪ ਪੁਰਖ ਨਿਰੰਜਨ ਦੇਵਤਾ ਪ੍ਰਭੂ ਜਿਹੜਾ ਉਹ ਉਸਦਾ ਮਾਲਕ ਬਣ ਜਾਂਦਾ। ਘੱਟ ਘੱਟ ਸੁਣ ਜਾਣੇ ਆਪ ਪੁਰਖ ਨਿਰੰਜਨ ਨਿਰੰਜਨ ਦੇਓ। ਕਹਿਣ ਲੱਗੇ ਇਉਂ ਸਿੱਧੋ, ਜਿਹੜਾ ਮਨੁੱਖ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਕਿ ਘੱਟ ਘੱਟ ਵਿੱਚ ਉਸ ਨਿਰੰਕਾਰ ਸੁਣ ਰੂਪ ਨਿਰੰਜਨ ਰੂਪ ਪਰਮਾਤਮਾ ਦਾ ਭੇਦ ਪਾ ਲੈਂਦਾ ਹੈ ਕਿ ਰੱਬ ਹਰ ਥਾਵੇਂ ਵਸਦਾ ਹੈ, ਰੱਬ ਹਰ ਜੀਵ ਵਿੱਚ ਰਹਿੰਦਾ ਹੈ। ਇਸ ਲਈ ਜਦੋਂ ਇੱਥੇ ਪਹੁੰਚ ਜਾਂਦਾ ਹੈ ਫਿਰ ਉਹ ਆਦਿ ਪੁਰਖ ਨਿਰੰਜਨ ਦੇਵ ਨੂੰ ਪਛਾਣ ਲੈਂਦਾ। ਅਗਲੀ ਲਾਈਨ ਅੰਦਰ ਫੈਸਲਾ ਦਿੰਦੇ ਨੇ, ਕਹਿੰਦੇ ਨੇ ਫਿਰ ਜਦੋਂ ਇਸ ਤੱਤ ਨੂੰ ਜਾਣ ਕੇ ਕੋਈ ਨਾਮ ਨਾਲ ਜੁੜਦਾ ਹੈ ਨਾ, ਫਿਰ ਉਹ ਮੇਰਾ ਨਾਮ ਨਾਲ ਜੁੜਨ ਵਾਲਾ ਭਗਤ ਨਹੀਂ ਰਹਿੰਦਾ। ਫਿਰ ਹਰ ਹਰ ਜਾਣ ਦੋਏ ਏਕ ਹੈ, ਫਿਰ ਉਹ ਰੱਬ ਰੂਪ ਹੋ ਜਾਂਦਾ ਹੈ, ਉਹ ਪੁਰਖ ਵਿਧਾਤਾ ਹੋ ਗੁਜ਼ਰਦਾ ਹੈ। ਫਿਰ ਉਹ ਰੱਬ ਢੂੰਡਣ ਦੀ ਲੋੜ ਨਹੀਂ ਪੈਂਦੀ, ਆਪ ਹੀ ਰੱਬ ਰੂਪ ਹੋ ਜਾਂਦਾ ਹੈ। ਕਹਿਣ ਲੱਗੇ ਜੋ ਜਨ ਨਾਮ ਨਿਰੰਜਨ ਰਤਾ ਨਾਨਕ ਸੋਈ ਪੁਰਖ ਵਿਧਾਤਾ। ਨਿਰੰਜਨ ਦੇ ਨਾਮ ਵਿੱਚ ਰੰਗਿਆ ਗਿਆ ਉਹ ਉਸ ਨਾਮ ਰੂਪੀ ਪਰਮਾਤਮਾ ਦਾ ਰੂਪ ਹੋ ਗਿਆ। ਨਾਨਕ ਸੋਈ ਪੁਰਖ ਵਿਧਾਤਾ, ਸੋਈ ਪੁਰਖ ਵਿਧਾਤਾ ਜੋ ਜਨ ਨਾਮ ਨਿਰੰਜਨ ਰਤਾ ਜੋ ਜਨ ਨਾਮ ਨਿਰੰਜਨ ਰਤਾ ਨਾਮ ਨਿਰੰਜਨ ਰਤਾ ਰਤਾ।
ਪਿੱਛੋਂ ਨਾਮ ਜਪਦਿਆਂ ਜਪਦਿਆਂ ਇਹ ਅਵਸਥਾ ਮਿਲ ਜਾਏ ਕਿ ਤੈਨੂੰ ਹਰ ਇੱਕ ਵਿੱਚ ਰੱਬ ਦਿਸਣ ਲੱਗ ਪਵੇ, ਇੱਕ ਮਨ ਦਾ ਵਿਸ਼ਵਾਸ ਬਣ ਜਾਏ ਰੱਬ ਕਿਤੇ ਦੂਰ ਨਹੀਂ, ਜਿੱਧਰ ਦੇਖੇ ਉਸੇ ਵਿੱਚ ਤੈਨੂੰ ਪਰਮਾਤਮਾ ਦਿਸੇ, ਅਤੇ ਇਹੋ ਹੀ ਰੱਬ ਦੇ ਮਿਲਾਪ ਦਾ ਸਭ ਤੋਂ ਵੱਡਾ ਸਾਧਨ ਹੈ। ਨਹੀਂ ਤਾਂ ਰੱਬ ਨੂੰ ਦਿਨ ਰਾਤ ਢੂੰਡਦਾ ਫਿਰੇਗਾ। ਹੁਣ ਢੂੰਡਣ ਵਾਲਿਆਂ ਵਾਸਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਦੇਵਤਿਆਂ ਦਰਸ਼ਨ ਕੇ ਤਾਈ ਤੂਕ ਭੂਕ ਤੀਰਥ ਕੀ ਹੈ, ਜੋਗੀ ਜੋਤੀ ਜੋਤ ਮੈਂ ਰਹਿਤੇ, ਕਰ ਕਰ ਭਗਵੇ ਵੇਖ ਮੈਂ ਤੋ ਕਾਰਨ ਸਾਹਿਬਾ ਰੰਗ ਰੱਖਦੇ। ਦਿਨ ਰਾਤ ਢੂੰਡਣ ਵਾਲੇ ਢੂੰਡਦੇ ਰਹੇ, ਪਰ ਜਿਨ੍ਹਾਂ ਨੇ ਤੈਨੂੰ ਪਛਾਣ ਲਿਆ ਅਤੇ ਪੱਤੇ ਪੱਤੇ ਵਿੱਚ ਪਛਾਣ ਲਿਆ, ਘੱਟ ਘੱਟ ਸੁਣ ਕਾ ਜਾਣੇ ਪਿਓ, ਜਿਨ੍ਹਾਂ ਨੇ ਘੱਟ ਘੱਟ ਵਾਸੀ ਸਰਬ ਨਿਵਾਸੀ ਨੂੰ ਪਛਾਣ ਲਿਆ, ਉਹਦੇ ਵਾਸਤੇ ਨੇੜੇ ਹੂੰ ਤੇ ਨੇੜਾ ਰੱਬ ਨੇੜੇ ਤੋਂ ਨੇੜੇ ਹੈ, ਮਿਲਣਾ ਸਹਿਜ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਚਿੱਖਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।